ਮੋਗਾ ਵਿੱਚ ਚੋਰੀ ਦੀਆਂ ਵਾਰਦਾਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਚੋਰਾਏ ਦਿਨ ਦਿਨ ਦਿਹਾੜੇ ਲੋਕਾਂ ਦੀਆਂ ਅੱਖਾਂ ਵਿੱਚ ਕੱਟਾ ਪਾ ਕੇ ਗਲੀਆਂ ਪਾਰਕਾਂ ਵਿੱਚ ਖੜੇ ਵਾਹਨ ਚੋਰੀ ਕਰਕੇ ਰਫੂ ਚੱਕਰ ਹੋ ਜਾਂਦੇ ਨੇ, ਪਰ ਜ਼ਿਲ੍ਹੇ ਦੀ ਪੁਲਿਸ ਇਹਨਾਂ ਚੋਰਾਂ ਨੂੰ ਫੜਨ ਵਿੱਚ ਨਾਕਾਮ ਸਾਬਤ ਹੋ ਰਹੀ ਹੈ। ਅਜੇ ਇਹਨਾਂ ਵੱਲੋਂ ਗੀਤਾ ਬਾਬਾ ਨੂੰ ਮੋਗਾ ਦੇ ਸਾਹਮਣੇ ਐਕਟਿਵਾ ਚੋਰੀ ਕਰਦਿਆਂ ਦੇਖ ਕੇ ਮੌਕੇ 'ਤੇ ਖੜੇ ਪ੍ਰੇਮ ਸਿੰਘ ਰਣੀਆਂ ਨੇ ਇਹਨਾਂ ਨੂੰ ਚੋਰਾਂ ਨੂੰ ਜਦੋਂ ਪੁੱਛਿਆ ਕਿ ਤੁਸੀਂ ਐਕਟਿਵਾ ਚੋਰੀ ਕਰ ਰਹੇ ਹੋ ਤਾਂ ਉਹਨਾਂ ਕਿਹਾ ਕਿ ਇਹ ਸਾਡੀ ਹੈ ਅਤੇ ਤੂੰ ਕੀ ਲੈਣਾ ਹੈ, ਅਤੇ ਨਾਲ ਦੇ ਵਿਅਕਤੀ ਨੇ ਪ੍ਰੇਮ ਸਿੰਘ ਦੇ ਮਾਰਨ ਲਈ ਹੱਥ ਚੁੱਕਿਆ ਤਾਂ ਰੌਲਾ ਪੈਣ 'ਤੇ ਲੋਕਾਂ ਨੇ ਇਹਨਾਂ ਨੂੰ ਦਬੋਚ ਲਿਆ ਅਤੇ ਫਿਰ ਮੁਹੱਲੇ ਦੇ ਲੋਕਾਂ ਨੇ ਜੰਮ ਕੇ ਇਹਨਾਂ ਚੋਰਾਂ ਦੀ ਖੂਬ ਪਟਾਈ ਕੀਤੀ। ਉਹਨਾਂ ਨੇ ਕਿਹਾ ਕਿ ਦੋਵੇਂ ਚੋਰ ਆਪਣਾ ਪਿੰਡ ਕਿਸ ਨੂੰ ਪੁਰਾ ਦੱਸ ਰਹੇ ਨੇ। ਕੀ ਨਾਮ ਹੈ ਤੁਹਾਡਾ? ਪ੍ਰੇਮ ਸਿੰਘ ਸਨ, ਅਮਸੋਰ ਸਿੰਘ ਰਣੀਆ। ਪ੍ਰੇਮ ਸਿੰਘ ਕੀ ਹੋਇਆ ਜੀ? ਅੱਜ ਸਵੇਰੇ ਦੂਜਾ ਗੀਤਾ ਪਾਉਣ ਦੇ ਸਾਹਮਣੇ ਸਕੂਟਰੀ ਚੋਰੀ ਕਰਦੇ ਸੀਗੇ। ਜਦੋਂ ਮੈਂ ਦੂਜਾ ਉਹ ਉੱਥੇ ਗਿਆ ਅਤੇ ਦੂਜਾ ਦੇਖਿਆ ਅਤੇ ਇਹ ਚੋਰੀ ਕਰਨ ਲੱਗੇ, ਜਦੋਂ ਮੈਂ ਕੋਲੇ ਜਾ ਕੇ ਪੁੱਛਿਆ ਅਤੇ ਇਹ ਕਹਿੰਦੇ ਨਹੀਂ ਅਸੀਂ ਸਕੂਟਰੀ ਸਟਾਰਟ 'ਚ ਬੰਦ ਕਰਨ ਲੱਗੇ ਸੀਗੇ। ਜਦੋਂ ਮੈਂ ਗੱਲ ਝੱਤ ਪਾਇਆ ਦੂਜੇ ਨੇ ਮੇਰੇ ਹੱਥ 'ਤੇ ਮਾਰ ਕੇ ਭੱਜ ਤੁਰਿਆ, ਤੋ ਪਾਰਕ ਦੇ ਵਿੱਚ ਵੜ ਗਏ ਜਾ ਕੇ, ਉੱਥੋਂ ਫਿਰ ਚੱਕੇ, ਫਿਰ ਦੂਜਾ ਜੈਨ ਦੀ ਗਲੀ 'ਚ ਵੜ ਗਏ, ਉੱਥੋਂ ਫਿਰ ਚੱਕੇ, ਫਿਰ ਚੱਕ ਕੇ ਲੱਗੇ 4 ਨੰਬਰ 'ਚ। ਅਤੇ ਹੋਰ ਵੀ ਇਹਨਾਂ ਨੇ ਮੋਟਰਸਾਈਕਲ ਸਕੂਟਰ 'ਚ ਗਏ? ਉਹ ਹੁਣ ਆਪੇ ਮੰਨਣਗੇ ਥਾਣੇ ਜਾ ਕੇ ਜੋ ਕੁਛ ਹੋਊਗਾ। ਹੋਰ ਵੀ ਲੋਕ ਆਏ ਸੀਗੇ? ਹਾਂ, ਕਾਫੀ ਲੋਕ ਆਏ ਸੀਗੇ। ਹੁਣ ਇਕੱਠੇ ਕੀ ਕਹਿੰਦੇ, ਕਿੱਥੋਂ ਦੇ ਰਹਿਣ ਵਾਲੇ? ਅਸੀਂ ਰਣੀਆਂ ਪਿੰਡ ਆ ਮੇਰਾ। ਇਹ ਕਿੱਥੋਂ ਦੇ ਰਹਿਣ ਵਾਲੇ ਚੋਰ? ਇਹ ਕਹਿੰਦੇ ਕਿਸ਼ਨਪੁਰੇ ਦੇ, ਕਹਿੰਦੇ ਅਸੀਂ, ਮੈਂ ਬਾਊ ਦਾ ਡਰਾਈਵਰ ਹਾਂ, 9-10 ਸਾਲ ਤੋਂ ਇੱਥੇ ਨੌਕਰੀ ਕਰਦਾ। ਕੀ ਨਾਮ ਹੈ ਤੁਹਾਡਾ? ਮਨਿੰਦਰ ਸਿੰਘ। ਮਨਿੰਦਰ ਸਿੰਘ, ਅੱਜ ਚੋਰ ਫੜਿਆ, ਕਿਵੇਂ ਫੜਿਆ, ਕੀ ਕਾਰਨ ਹੈ? ਸਕੂਟਰ ਨੂੰ ਚਾਬੀ ਲਾਉਂਦੇ ਸੀ ਤੇ ਮੌਕੇ ਫੜੇ ਗਏ। ਤੁਹਾਡਾ ਮੋਟਰਸਾਈਕਲ ਚੋਰੀ ਹੋਇਆ? ਹਾਂਜੀ, ਇਹਨਾਂ ਨੇ ਸਾਡਾ ਮੋਟਰਸਾਈਕਲ ਵੀ ਚੋਰੀ ਕੀਤਾ 12 ਤਰੀਕ ਤੇ ਸ਼ਾਮ ਨੂੰ 6 ਵਜੇ ਗੀਤਾ ਭਵਨ ਦੇ ਬਾਹਰੋਂ। ਕੰਪਲੇਂਟ ਦਰਜ ਕਰਾਈ ਤੁਸੀਂ? ਕੰਪਲੇਂਟ ਦਰਜ ਕਰਾਈ ਹੋਈ 6 ਨੰਬਰ 'ਤੇ। ਕਿਵੇਂ ਪਤਾ ਲੱਗਾ ਇਹਨਾਂ ਨੇ ਚੋਰੀ ਕੀਤੀ ਹੈ? ਸਾਨੂੰ ਫੋਨ ਆਇਆ ਜੀ ਅਤੇ ਇਹ ਕਹਿੰਦੇ ਕੈਮਰਿਆਂ ਦੇ ਵਿੱਚ ਇਹਨਾਂ ਨੂੰ ਦੇਖਿਆ ਗਿਆ ਸੀ, ਪਹਿਲਾਂ ਵੀ ਇਹੀ ਚੋਰ ਆਏ। ਕੀ ਚਾਹੁੰਦੇ ਹੋ, ਕਿੰਨੇ ਕੁ ਮੋਟਰਸਾਈਕਲ ਹੋਰ ਚੱਕੇ ਇਹਨਾਂ ਨੇ? ਇਹਨਾਂ ਨੇ ਘੱਟੋ ਇਹਨਾਂ ਜਿਹੜੇ ਇੱਥੇ ਬੰਦੇ ਇਕੱਠੇ ਹੋਏ, ਘੱਟੋ ਘੱਟ 5-6 ਬੰਦੇ ਨੇ ਹੋਰ ਮੋਟਰਸਾਈਕਲ ਚੱਕੇ ਜਿਹੜੇ ਇੱਥੇ ਸਾਰੇ ਇਕੱਠੇ ਆਏ ਮੌਕੇ 'ਤੇ। ਅੱਜ ਕਿੱਥੋਂ ਫੜੇ ਗਏ? ਹਾਂਜੀ, ਅੱਜ ਕਿੱਥੋਂ ਫੜੇ ਗਏ? ਅੱਜ ਗੀਤਾ ਭਵਨ ਦੇ ਕੋਲ ਆਏ, ਚੋਰੀ ਚੋਰੀ ਕਰ ਰਹੇ ਸੀ? ਹਾਂਜੀ ਹਾਂਜੀ, ਸਕੂਟਰ ਨੂੰ ਚਾਬੀ ਲਾ ਰਹੇ ਸੀ, ਮੌਕੇ 'ਤੇ ਫੜੇ ਗਏ। ਬਿਊਰੋ ਰਿਪੋਰਟ, ਆਵਾਜ਼ ਕੌਮ ਟੀਵੀ।